ਐਸੀਆਂ ਘਟਨਾਵਾਂ ਘਟ ਜਾਂਦੀਆਂ, ਸਾਡੇ ਨੱਕ ਥੱਲੋਂ ਨਿਕਲ ਜਾਂਦੇ ਨੇ ਉਹ, ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦੀ ਸਰਕਾਰ ਦਾ ਧਿਆਨ ਸੁਰੱਖਿਆ ਵੱਲ ਬਿਲਕੁਲ ਨਹੀਂ ਹੈ। ਔਰ ਸੈਸ਼ਨ ਵੀ ਜਿਹੜਾ ਡੰਗ ਟਪਾਈ ਹੈਗਾ, ਪੰਜਾਬ ਦੇ ਜਿਹੜੇ ਮੁੱਢਲੇ ਮੁੱਦੇ ਸੀ ਜਿਨ੍ਹਾਂ ਨੂੰ ਲੈ ਕੇ ਇਹ ਸਰਕਾਰ ਬਣੀ, ਉਨ੍ਹਾਂ ਤੇ ਅੱਜ ਚਰਚਾ ਕਰਨ ਤੋਂ ਦੌੜਦੀ ਹੈ। ਇਹੀ ਕਹਿੰਦੇ ਸੀ ਕਿ ਰੇਤ ਬੜੀ ਮਹਿੰਗੀ ਹੈ, ਅੱਜ ਰੇਤ ਦਾ ਕੀ ਹਾਲ ਹੈ, ਮਾਈਨਿੰਗ ਦੀ ਕੋਈ ਪਾਲਿਸੀ ਹੁਣ ਤੱਕ ਨਹੀਂ ਆਈ। ਔਰ ਲੇਕਿਨ ਸਰਕਾਰ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਬੈਠੀ ਹੈ, ਨਸ਼ਾ ਜਿਹੜਾ ਉਸੇ ਤਰੀਕੇ ਨਾਲ ਵੱਧ ਰਿਹਾ। ਔਰ ਕੱਲ੍ਹ ਜਿਸ ਪ੍ਰਕਾਰ ਦਾ ਇਹ ਵਾਤਾਵਰਣ ਆਇਆ, ਹਾਊਸ ਤੋਂ ਹੀ ਇਹ ਗੱਲ ਨਿਕਲ ਕੇ ਆਈ ਕਿ ਨੈਕਸਿਸ ਹੈ, ਇਹ ਜਿਹੜਾ ਨੈਕਸਿਸ ਹੈ ਇਹਨੂੰ ਤੋੜਨਾ ਕਿੰਨਾ, ਇਸ ਕਰਕੇ ਕੋਈ ਇਸ ਸਰਕਾਰ ਤੋਂ ਕੋਈ ਵੱਡੀ ਉਮੀਦ ਹੋਏ ਐਸਾ ਬਿਲਕੁਲ ਨਹੀਂ ਲੱਗਦਾ। ਐਸੀਆਂ ਘਟਨਾਵਾਂ ਘਟ ਜਾਂਦੀਆਂ, ਸਾਡੇ ਨੱਕ ਥੱਲੋਂ ਨਿਕਲ ਜਾਂਦੇ ਨੇ ਉਹ, ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦੀ ਸਰਕਾਰ ਦਾ ਧਿਆਨ ਸੁਰੱਖਿਆ ਵੱਲ ਬਿਲਕੁਲ ਨਹੀਂ ਹੈ। ਔਰ ਸੈਸ਼ਨ ਵੀ ਜਿਹੜਾ ਡੰਗ ਟਪਾਈ ਹੈਗਾ, ਪੰਜਾਬ ਦੇ ਜਿਹੜੇ ਮੁੱਢਲੇ ਮੁੱਦੇ ਸੀ ਜਿਨ੍ਹਾਂ ਨੂੰ ਲੈ ਕੇ ਇਹ ਸਰਕਾਰ ਬਣੀ, ਉਨ੍ਹਾਂ ਤੇ ਅੱਜ ਚਰਚਾ ਕਰਨ ਤੋਂ ਦੌੜਦੀ ਹੈ। ਇਹੀ ਕਹਿੰਦੇ ਸੀ ਕਿ ਰੇਤ ਬੜੀ ਮਹਿੰਗੀ ਹੈ, ਅੱਜ ਰੇਤ ਦਾ ਕੀ ਹਾਲ ਹੈ, ਮਾਈਨਿੰਗ ਦੀ ਕੋਈ ਪਾਲਿਸੀ ਹੁਣ ਤੱਕ ਨਹੀਂ ਆਈ। ਔਰ ਲੇਕਿਨ ਸਰਕਾਰ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਬੈਠੀ ਹੈ, ਨਸ਼ਾ ਜਿਹੜਾ ਉਸੇ ਤਰੀਕੇ ਨਾਲ ਵੱਧ ਰਿਹਾ। ਔਰ ਕੱਲ੍ਹ ਜਿਸ ਪ੍ਰਕਾਰ ਦਾ ਇਹ ਵਾਤਾਵਰਣ ਆਇਆ, ਹਾਊਸ ਤੋਂ ਹੀ ਇਹ ਗੱਲ ਨਿਕਲ ਕੇ ਆਈ ਕਿ ਨੈਕਸਿਸ ਹੈ, ਇਹ ਜਿਹੜਾ ਨੈਕਸਿਸ ਹੈ ਇਹਨੂੰ ਤੋੜਨਾ ਕਿੰਨਾ, ਇਸ ਕਰਕੇ ਕੋਈ ਇਸ ਸਰਕਾਰ ਤੋਂ ਕੋਈ ਵੱਡੀ ਉਮੀਦ ਹੋਏ ਐਸਾ ਬਿਲਕੁਲ ਨਹੀਂ ਲੱਗਦਾ। ਐਸੀਆਂ ਘਟਨਾਵਾਂ ਘਟ ਜਾਂਦੀਆਂ, ਸਾਡੇ ਨੱਕ ਥੱਲੋਂ ਨਿਕਲ ਜਾਂਦੇ ਨੇ ਉਹ, ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦੀ ਸਰਕਾਰ ਦਾ ਧਿਆਨ ਸੁਰੱਖਿਆ ਵੱਲ ਬਿਲਕੁਲ ਨਹੀਂ ਹੈ। ਔਰ ਸੈਸ਼ਨ ਵੀ ਜਿਹੜਾ ਡੰਗ ਟਪਾਈ ਹੈਗਾ, ਪੰਜਾਬ ਦੇ ਜਿਹੜੇ ਮੁੱਢਲੇ ਮੁੱਦੇ ਸੀ ਜਿਨ੍ਹਾਂ ਨੂੰ ਲੈ ਕੇ ਇਹ ਸਰਕਾਰ ਬਣੀ, ਉਨ੍ਹਾਂ ਤੇ ਅੱਜ ਚਰਚਾ ਕਰਨ ਤੋਂ ਦੌੜਦੀ ਹੈ। ਇਹੀ ਕਹਿੰਦੇ ਸੀ ਕਿ ਰੇਤ ਬੜੀ ਮਹਿੰਗੀ ਹੈ, ਅੱਜ ਰੇਤ ਦਾ ਕੀ ਹਾਲ ਹੈ, ਮਾਈਨਿੰਗ ਦੀ ਕੋਈ ਪਾਲਿਸੀ ਹੁਣ ਤੱਕ ਨਹੀਂ ਆਈ। ਔਰ ਲੇਕਿਨ ਸਰਕਾਰ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਬੈਠੀ ਹੈ, ਨਸ਼ਾ ਜਿਹੜਾ ਉਸੇ ਤਰੀਕੇ ਨਾਲ ਵੱਧ ਰਿਹਾ। ਔਰ ਕੱਲ੍ਹ ਜਿਸ ਪ੍ਰਕਾਰ ਦਾ ਇਹ ਵਾਤਾਵਰਣ ਆਇਆ, ਹਾਊਸ ਤੋਂ ਹੀ ਇਹ ਗੱਲ ਨਿਕਲ ਕੇ ਆਈ ਕਿ ਨੈਕਸਿਸ ਹੈ, ਇਹ ਜਿਹੜਾ ਨੈਕਸਿਸ ਹੈ ਇਹਨੂੰ ਤੋੜਨਾ ਕਿੰਨਾ, ਇਸ ਕਰਕੇ ਕੋਈ ਇਸ ਸਰਕਾਰ ਤੋਂ ਕੋਈ ਵੱਡੀ ਉਮੀਦ ਹੋਏ ਐਸਾ ਬਿਲਕੁਲ ਨਹੀਂ ਲੱਗਦਾ। ਐਸੀਆਂ ਘਟਨਾਵਾਂ ਘਟ ਜਾਂਦੀਆਂ, ਸਾਡੇ ਨੱਕ ਥੱਲੋਂ ਨਿਕਲ ਜਾਂਦੇ ਨੇ ਉਹ, ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦੀ ਸਰਕਾਰ ਦਾ ਧਿਆਨ ਸੁਰੱਖਿਆ ਵੱਲ ਬਿਲਕੁਲ ਨਹੀਂ ਹੈ। ਔਰ ਸੈਸ਼ਨ ਵੀ ਜਿਹੜਾ ਡੰਗ ਟਪਾਈ ਹੈਗਾ, ਪੰਜਾਬ ਦੇ ਜਿਹੜੇ ਮੁੱਢਲੇ ਮੁੱਦੇ ਸੀ ਜਿਨ੍ਹਾਂ ਨੂੰ ਲੈ ਕੇ ਇਹ ਸਰਕਾਰ ਬਣੀ, ਉਨ੍ਹਾਂ ਤੇ ਅੱਜ ਚਰਚਾ ਕਰਨ ਤੋਂ ਦੌੜਦੀ ਹੈ। ਇਹੀ ਕਹਿੰਦੇ ਸੀ ਕਿ ਰੇਤ ਬੜੀ ਮਹਿੰਗੀ ਹੈ, ਅੱਜ ਰੇਤ ਦਾ ਕੀ ਹਾਲ ਹੈ, ਮਾਈਨਿੰਗ ਦੀ ਕੋਈ ਪਾਲਿਸੀ ਹੁਣ ਤੱਕ ਨਹੀਂ ਆਈ। ਔਰ ਲੇਕਿਨ ਸਰਕਾਰ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਬੈਠੀ ਹੈ, ਨਸ਼ਾ ਜਿਹੜਾ ਉਸੇ ਤਰੀਕੇ ਨਾਲ ਵੱਧ ਰਿਹਾ। ਔਰ ਕੱਲ੍ਹ ਜਿਸ ਪ੍ਰਕਾਰ ਦਾ ਇਹ ਵਾਤਾਵਰਣ ਆਇਆ, ਹਾਊਸ ਤੋਂ ਹੀ ਇਹ ਗੱਲ ਨਿਕਲ ਕੇ ਆਈ ਕਿ ਨੈਕਸਿਸ ਹੈ, ਇਹ ਜਿਹੜਾ ਨੈਕਸਿਸ ਹੈ ਇਹਨੂੰ ਤੋੜਨਾ ਕਿੰਨਾ, ਇਸ ਕਰਕੇ ਕੋਈ ਇਸ ਸਰਕਾਰ ਤੋਂ ਕੋਈ ਵੱਡੀ ਉਮੀਦ ਹੋਏ ਐਸਾ ਬਿਲਕੁਲ ਨਹੀਂ।